ਚੈਨਲ ਆਈ ਪੰਜਾਬ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਅਕਾਲੀ ਆਗੂ ਵਿਕਰਮਜੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਨੇ ਸਗਨ ਸਕੀਮ ਦਾ 51,000 ਵਾਲਾ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਨੇ ਇੱਥੇ ਆਪਣੀ ਪਤਨੀ ਸਰਬਜੀਤ ਕੌਰ ਦੇ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਦੋਸ਼ ਲਗਾਏ। ਅਕਾਲੀ ਆਗੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਗਰੀਬ ਲੜਕੀਆਂ ਦੇ ਵਿਆਹ ਉੱਪਰ 51,000 ਰੁਪਏ ਦਾ ਸ਼ਗਨ ਦਿੱਤਾ ਜਾਇਆ ਕਰੇਗਾ, ਪਰ ਇਹ ਵਾਅਦਾ ਕੇਵਲ ਵਾਅਦਾ ਹੀ ਰਹਿ ਗਿਆ। ਸਭ ਨੂੰ ਪਤਾ ਹੀ ਹੈ ਕਿ ਸਾਡੇ ਇਲਾਕੇ ਦੇ ਵਿੱਚ ਜੋ ਕੁਝ ਕੁ ਸਮੱਸਿਆਵਾਂ ਹਨ, ਜਿਸ ਤਰ੍ਹਾਂ ਕਿ ਨਸ਼ੇ ਦੀ ਸਮੱਸਿਆ ਚੱਲ ਰਹੀ ਹੈ ਅਤੇ ਜਿਸ ਤਰ੍ਹਾਂ ਗਰੀਬ ਪਰਿਵਾਰਾਂ ਦੇ ਲੜਕੀਆਂ ਦੀਆਂ ਸ਼ਾਦੀਆਂ ਵਾਸਤੇ ਸਰਕਾਰ ਨੇ ਆਪਣਾ ਵਾਅਦਾ ਕੀਤਾ ਸੀ ਕਿ 51,000 ਰੁਪਇਆ ਅਸੀਂ ਸ਼ਗਨ ਸਕੀਮਾਂ ਦਿਆਂਗੇ, ਜੋ ਕਿ ਨਹੀਂ ਪਹੁੰਚ ਰਹੀਆਂ। ਆਪਾਂ ਨੂੰ ਸਭ ਨੂੰ ਪਤਾ ਹੈ ਕਿ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ, ਅੱਜ ਕੱਲ੍ਹ ਬੇਟੀਆਂ ਨੂੰ ਵਿਆਹੁਣਾ ਬਹੁਤ ਮੁਸ਼ਕਲ ਹੋਇਆ ਹੋਇਆ ਹੈ। ਇਹ ਮੈਂ ਸਰਕਾਰ ਤੱਕ ਆਵਾਜ਼ ਪਹੁੰਚਾਵਾਂਗਾ ਕਿ ਜੋ ਕਿ ਗਰੀਬ ਪਰਿਵਾਰ ਦੀਆਂ ਬੇਟੀਆਂ ਨੂੰ ਇਹ ਸਕੀਮ ਦਿੱਤੀ ਹੈ, ਇਹ ਜ਼ਰੂਰ ਪਹੁੰਚਾਈ ਜਾਵੇ, ਜੋ ਕਿ ਹੋਰ ਆਪਣੇ ਪਿੰਡਾਂ ਦੇ ਵਿੱਚ, ਸਾਡੇ ਪਿੰਡਾਂ ਦੇ ਵਿੱਚ ਆਮ ਜ਼ਿਆਦਾਤਰ ਸੀਵਰੇਜ ਪਾਣੀ ਦੀ ਸਮੱਸਿਆ ਹੈ, ਪਾਣੀ ਪਿੰਡਾਂ ਦੇ ਚਾਰ ਚੁਫੇਰੇ ਘੁੰਮ ਰਿਹਾ ਹੈ। ਇਹ ਇਸ ਦੀ ਆਵਾਜ਼ ਵੀ ਮੈਂ ਸਰਕਾਰ ਅੱਗੇ ਉਠਾਵਾਂਗਾ। ਕੁਝ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਬਣਨ ਵਾਲੀਆਂ ਹਨ, ਉਹਨਾਂ ਦੀ ਵੀ ਮੈਂ ਆਵਾਜ਼ ਸਰਕਾਰ ਦੇ ਅੱਗੇ ਉਠਾਵਾਂਗਾ। ਦੇਵੀਗੜ੍ਹ ਤੋਂ ਜਸਪ੍ਰੀਤ ਸਿੰਘ ਦੇ ਨਾਲ ਰਜਿੰਦਰ ਸਿੰਘ ਮੌਜੀ ਦੀ ਰਿਪੋਰਟ। ਜੀ।